ਹਾਂਜੀ ਜਨਾਬ, ਅੱਜ ਆਏ ਨੇ ਮੇਰੇ ਭਾਈ ਸਾਹਿਬ, ਭਾਈ ਸਾਹਿਬ ਥੋੜ੍ਹੀ ਹੈ ਮੇਰੇ ਨਾਲੋਂ, 19 ਸਾਲ ਛੋਟਾ, ਠੀਕ ਹੈ ਨਾ, ਅਤੇ ਮਾਵਾਂ ਦੀ ਜਗ੍ਹਾ ਹੀ ਹੁੰਦਾ। ਇਹ ਅੱਜ ਸਾਡਾ ਨਾਸ਼ਤਾ ਆਇਆ ਜੇ ਉੱਧਰੋਂ, ਠੀਕ ਹੈ। ਇਹ ਹੈਗਾ ਹਲਵਾ ਤੇ ਇਹ ਹੈਗੇ ਨੇ ਛੋਲੇ, ਤੇ ਪੂੜੀਆਂ ਇਹਨੂੰ ਮੈਂ ਮਨਾ ਕਰ ਦਿੱਤੀਆਂ ਸੀ, ਤੇ ਪੂੜੀਆਂ ਆਪਾਂ ਖਾਣੀਆਂ ਨਹੀਂ ਕਿਉਂਕਿ ਕੱਲ੍ਹ ਵੀ ਖਾਧੀਆਂ ਸੀ। ਅਸੀਂ ਪਹਿਲਾਂ ਬਣਾ ਰਹੇ ਸੀ ਮੈਂਗੋ ਸ਼ੇਕ, ਉਹ ਵੀ ਬਣ ਗਿਆ ਜੇ, ਤੇ ਫਰੂਟ ਵੀ ਹੈਗਾ। ਲਓ ਜੀ ਫਿਰ ਸ਼ੁਰੂ ਕਰੋ, ਪਹਿਲਾਂ ਹਲਵਾ ਦਿਆ, ਛੋਲੇ ਦਿਆ। ਡਬਲ ਕੰਮ ਹੋ ਗਿਆ ਉਹਦੇ 'ਚ ਵੀ, ਮੈਂਗੋ ਹੈ ਜੀ, ਮੈਂਗੋ ਸ਼ੇਕ ਨਹੀਂ, ਉਹ ਕੋਈ ਗੱਲ ਨਹੀਂ, ਮੈਂ ਤਾਂ ਇਹਦੇ ਵਿੱਚ ਪਾ ਕੇ ਖਾਣਾ, ਮਿੱਠਾ ਪਾਇਆ ਨਹੀਂ ਹੈਗਾ ਮੈਂਗੋ 'ਚ। ਅੱਛਾ ਅੱਛਾ, ਮੈਂਗੋ 'ਚ, ਹਾਂ ਮੈਂ ਤਾਂ ਇਹਦੇ ਵਿੱਚ ਪਾ ਲਵਾਂਗੀ, ਕਿਤੇ ਕਿਤੇ ਆਏਗਾ ਤੇ ਮਿੱਠਾ ਲੱਗੇਗਾ। ਕਿਉਂ ਵੀ ਰਜਤ, ਹੋਰ ਰਜਤ ਕੁਮਾਰ, ਤੇਰਾ ਕੰਮ ਕਾਰ ਕੈਸਾ ਚੱਲਦਾ ਪਿਆ? ਕੰਮ ਕਾਰ ਹੁਣ ਨਵਾਂ ਸ਼ੁਰੂ ਕੀਤਾ ਹੈ, ਐਡਵਰਟਾਈਜ਼ਿੰਗ ਵਾਲਾ ਤੇ ਚੱਲ ਰਿਹਾ, ਬਟ ਬਹੁਤ ਘੱਟ ਹੈ। ਅੱਛਾ, ਐਡਵਰਟਾਈਜ਼ਮੈਂਟ ਚੱਲ ਰਿਹਾ ਥੋੜਾ ਬਹੁਤ? ਹਾਂ ਥੋੜਾ ਬਹੁਤਾ ਕਰ ਰਹੇ ਹਾਂ। ਨਵਾਂ ਕੰਮ ਇਹਨੇ, ਨਵਾਂ ਕੰਮ এনवायरमेंट ਫ੍ਰੈਂਡਲੀ ਸ਼ੁਰੂ ਕੀਤਾ। ਅੱਛਾ, ਇਕੋ ਫ੍ਰੈਂਡਲੀ ਪ੍ਰੋਡਕਟ ਹੈ, ਇਕੋ ਫ੍ਰੈਂਡਲੀ ਪ੍ਰੋਡਕਟਸ, ਬਾਇਓਡੀਗ੍ਰੇਡੇਬਲ। ਅੱਛਾ, ਬਾਇਓਡੀਗ੍ਰੇਡੇਬਲ ਜਿਹਨੂੰ ਕਹਿੰਦੇ ਆ। ਸੰਧਿਆ, ਅੱਛਾ, ਜਿਹੜੇ ਲਿਖਾਈ ਥੋੜਾ ਸੰਧਿਆ, ਇਹਦੇ ਚ ਸਰਕਾਰ ਨੇ ਪਲਾਸਟਿਕ ਬੈਨ ਕਰਤਾ ਸੀ ਅੱਜ ਤੋਂ 5-6 ਸਾਲ ਪਹਿਲਾਂ। ਇੱਕ ਸੈਕਿੰਡ ਬੇਟਾ, ਇੱਕ ਸੈਕਿੰਡ। ਸਾਰੇ ਸੀ ਤਰਬੂਜ ਜਿਹੜਾ ਉਹ ਨੈਚੁਰਲ, ਜਿਹੜਾ ਤਰਬੂਜ ਵੀ ਉਹ ਕਿਵੇਂ ਪਛਾਣ ਕਰੋ? ਉਹ ਕਹਿੰਦੇ ਜਿਹਦੇ ਥੋੜਾ ਜਿਹਾ ਪੀਲਾ ਹੋਇਆ ਹੁੰਦਾ ਨਾ, ਹਾਂ ਉਹ ਲਿਆ ਕਰੋ, ਸਜਦੇ ਉਹ ਕੁਦਰਤੀ ਪੱਕਿਆ ਹੁੰਦਾ, ਮਤਲਬ ਉਹਦੇ ਨਾਲ ਪਕਾਇਆ ਨਹੀਂ ਹੁੰਦਾ। ਸਰ, ਇੱਕ ਹੋਰ ਵੀ ਦੱਸ ਰਹੇ ਸੀ, ਉਹ ਪਾਣੀ 'ਚ ਡੁਬੋ ਕੇ ਜੇ ਉਹਦੇ ਟਿੱਕੇ ਇੰਜੈਕਸ਼ਨ ਇੰਜੂਕਸ਼ਨ ਲੱਗੇ ਹੋਣਗੇ ਤਾਂ ਪਤਾ ਲੱਗ ਜਾਏਗਾ। ਅੱਛਾ ਜੀ, ਆ ਜਾਓ ਰਜਤ, ਉੱਧਰ ਚੱਲ ਜਾਓ ਸੁਰਜੀਤ। ਤੁਸੀਂ ਰਜਤ, ਇਹਦੇ ਬਾਰੇ ਤੁਸੀਂ ਆਪ ਬੋਲੋ, ਮੈਨੂੰ ਨਾ ਸਮਝ ਨਹੀਂ ਹੈ ਵੀ ਇਹ ਕੀ ਚੀਜ਼ ਹੈ ਅਤੇ ਤੁਸੀਂ। ਸਰਕਾਰ ਨੇ ਨਾ ਪਲਾਸਟਿਕ 'ਤੇ ਬੈਨ ਲਾਤਾ ਸੀ, ਕਾਫੀ ਜਾਂਦੇ ਪਲਾਸਟਿਕ ਦਾ ਜਿਹੜਾ ਵਨ ਟਾਈਪ ਯੂਜ਼ ਹੈਗਾ ਉਹ ਚੱਲ ਰਿਹਾ, ਬਾਕੀ ਜਿਹੜੇ ਰੀਸਾਈਕਲੇਬਲ ਹੋ ਰਿਹਾ ਉਹ ਬੈਨ ਆ ਸਾਈ ਪਲਾਸਟਿਕ ਕਾਫੀ ਤਰ੍ਹਾਂ ਦਾ। ਇੱਕ ਮਿੰਟ ਮੈਂ ਮਾਈਕ ਲਾ ਦਿਆਂ, ਜੇਕਰ ਆਵਾਜ਼ ਦੀ ਕੋਈ ਪ੍ਰੋਬਲਮ ਹੋਵੇ, ਵੈਸੇ ਨਹੀਂ ਹੈਗੀ। ਤੇ ਉਹਦੀ ਥਾਂ ਬਾਇਓਡੀਗ੍ਰੇਡੇਬਲ ਅਤੇ ਕੰਪੋਸਟੇਬਲ ਕੈਰੀ ਬੈਗ ਅਤੇ ਪ੍ਰੋਡਕਟ ਆਉਣੇ ਸ਼ੁਰੂ ਹੋ ਗਏ, ਜਿਹਦੇ ਵਿੱਚ ਇਹ ਸਭ ਤੋਂ ਪਹਿਲਾ ਪ੍ਰੋਡਕਟ ਹੈ ਜਿਹੜਾ ਕਿ ਦੁਕਾਨਾਂ 'ਤੇ ਲਿਫਾਫਿਆਂ ਦੀ ਪ੍ਰੋਬਲਮ ਆ ਗਈ ਸੀ, ਲੋਕਾਂ ਨੇ ਕਹਿਤਾ ਜੀ ਦੂਜੇ ਤੀਜੇ ਕਈ। ਇਹ ਹੁਣ ਹੈ ਪਲਾਸਟਿਕ ਵਰਗਾ, ਸਟਰੈਂਥ ਅੱਛੀ ਹੈ, ਬਟ ਇਹ ਇਨਵਾਇਰਮੈਂਟ ਫਰੈਂਡਲੀ ਹੈ, ਇਹ ਡੀਕੰਪੋਜ਼ ਹੋ ਕੇ ਇਹਦੀ ਖਾਦ ਬਣ ਜਾਂਦੀ ਹੈ 6 ਮਹੀਨਿਆਂ ਬਾਅਦ ਆਪਣੇ ਆਪ ਹੀ। ਹਾਂ, ਜਦੋਂ ਮਿੱਟੀ ਨਾਲ ਮਿਲੇਗਾ ਤੇ ਮਹੀਨੇ ਦੋ ਦੇ ਅੰਦਰ ਖਾਦ ਬਣ ਜਾਏਗੀ, ਨਹੀਂ ਤਾਂ 6 ਮਹੀਨੇ ਵੈਸੇ ਹੀ ਖਤਮ ਹੋ ਜਾਏਗਾ। ਨਹੀਂ, ਮੈਨੂੰ ਇਹ ਦੱਸੋ ਵੀ ਜਿਵੇਂ ਕਿ ਅਸੀਂ ਦੂਜੇ ਪਲਾਸਟਿਕ ਵਾਲੇ ਲਿਫਾਫੇ ਅਸੀਂ ਗਿੱਲੇ ਵਾਲੇ ਉਹਦੇ ਵਿੱਚ ਸੁੱਟ ਨਹੀਂ ਸਕਦੇ, ਸਾਨੂੰ ਬੈਂਡ ਹੈ ਵੀ ਇਹ ਨਾ ਸੁੱਟੋ, ਇਹ ਸੁੱਟ ਸਕਦੇ ਹਾਂ? ਹਾਂ, ਇਹ ਸੁੱਟ ਸਕਦੇ ਹੋ, ਕਿਉਂਕਿ ਇਹ ਤੁਹਾਡੇ ਇਹ ਜੀ ਜਿਹੜੇ ਗਿੱਲੇ ਜਿਵੇਂ ਵੀ ਜਿਹਦਾ ਆਪਾਂ ਉੱਥੇ ਸੁੱਟ ਜਾਂਦੇ ਹਾਂ ਨਾ, ਸੁੱਕੇ ਵਾਲੇ ਉਹਦੇ 'ਚ, ਇਹ ਜਿਹੜੇ ਨੇ ਅਸੀਂ ਗਿੱਲੇ ਵਾਲਾ ਜਿਹੜਾ ਕੂੜਾ ਹੁੰਦਾ ਹੈ ਉਹਦੇ ਵਿੱਚ ਸੁੱਟ ਸਕਦੇ ਹਾਂ, ਕਿਉਂਕਿ ਇਹ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਉਹਨਾਂ ਨੂੰ ਪਤਾ ਹੈ ਕਿ ਨਹੀਂ, ਲਿਜਾਣ ਵਾਲੇ ਦੱਸਣਾ ਪੈਣਾ। ਹਾਂ, ਬਹੁਤ ਲੋਕਾਂ ਨੂੰ ਅਜੇ ਨਹੀਂ ਪਤਾ ਇਸ ਚੀਜ਼ ਦੀ, ਅਵੇਅਰਨੈਸ ਬਹੁਤ ਘੱਟ ਹੈ। ਦੁਕਾਨਦਾਰ ਕੀ ਕਰਦੇ ਨੇ, ਉਹ ਕਹਿੰਦੇ ਜੀ ਸਾਨੂੰ ਮਹਿੰਗਾ ਪੈਂਦਾ, ਇਸ ਕਰਕੇ ਅਸੀਂ ਯੂਜ਼ ਨਹੀਂ ਕਰਦੇ। ਮਹਿੰਗਾ ਹੈ? ਹਾਂ, ਮਹਿੰਗਾ। ਇਹ ਜਿਹੜਾ ਨੋਰਮਲ ਹੈਗਾ ਉਹ 150 ਰੁਪਏ ਕਿਲੋ ਆਉਂਦਾ ਹੈ, 250-250 ਰੁਪਏ ਕਿਲੋ ਤੱਕ ਵਿਕਦਾ ਹੈ। ਇਹਦਾ ਜਿਹੜਾ ਬਿਜ਼ਨਸ ਹੈ ਨਾ,
ਰਿਟੇਲ ਨਾਲ ਜ਼ਿਆਦਾ ਇਹਦਾ ਹੋਲਸੇਲ ਦਾ ਬਿਜ਼ਨਸ ਹੈ, ਹੈਨਾ, ਬਲਕ ਵਿੱਚ ਸਪਲਾਈ ਹੈ ਤੇ ਹੋਟਲਾਂ ਵਿੱਚ, ਗਰੋਸਰੀ ਸ਼ਾਪਸ ਵਿੱਚ, ਜਿੱਥੇ ਵੀ ਯੂਜ਼ ਹੁੰਦੇ ਚਾਹੀਦੇ ਹੋਣ ਇਹ ਰੈਸਟੋਰੈਂਟ ਵਾਲੇ ਨੂੰ ਹਿਮਾਚਲ ਤੋਂ ਲੈ ਕੇ 10 ਕਿਲੋ ਤੱਕ ਕੈਪੈਸਿਟੀ ਦੇ ਸਾਈਜ਼ ਨੇ ਸਾਡੇ ਕੋਲ। ਅੱਛਾ, 10 ਤੋਂ ਉੱਤੇ ਬੰਦਾ ਨਹੀਂ ਹੈ ਤੇ ਅੱਧਾ ਕਿਲੋ ਤੋਂ ਥੱਲੇ ਵੀ ਨਹੀਂ ਬਣਾਉਂਦੇ ਵਾਲੇ, ਮਤਲਬ ਜਿੰਨਾ ਦਾ ਕੈਪੈਸਿਟੀ ਹੈ ਉੱਥੇ ਤੱਕ ਨਹੀਂ ਫਟੇਗਾ, ਕੋਈ ਨੁਕੀਲੀ ਚੀਜ਼ ਨਾ ਹੋਏ, ਬਾਕੀ ਫਟੇਗਾ ਨਹੀਂ। ਮੈਨੂੰ ਇਹ ਦੱਸੋ, ਜਿਹੜੇ ਅਸੀਂ ਗਾਰਬੇਜ ਬੈਗ ਲਗਾਉਂਦੇ ਹਾਂ ਉਹਦੇ ਵੀ, ਗਾਰਬੇਜ ਬੈਗ ਵਿੱਚ ਨਾ ਗੌਰਮੈਂਟ ਨੇ 120 ਮਾਈਕਰੋਨ ਤੋਂ ਉੱਤੇ ਪਲਾਸਟਿਕ ਅਲਾਓ ਕੀਤਾ ਹੋਇਆ। ਅੱਛਾ, ਪਲਾਸਟਿਕ ਵੀ ਕਈ ਤਰ੍ਹਾਂ ਦਾ ਅਲਾਓ ਹੈ, ਹੁਣ ਫੂਡ ਗ੍ਰੇਡ ਪਲਾਸਟਿਕ ਅਲਾਊਡ ਹੈ, ਉਹ ਫੂਡ ਗ੍ਰੇਡ ਆਉਂਦੇ ਆ, ਪਲਾਸਟਿਕ ਵੀ ਪੇਪਰ ਵੀ ਉਹ ਅਲਾਊਡ ਨੇ, ਠੀਕ ਹੈ, ਉਹ ਗੌਰਮੈਂਟ ਤੋਂ ਅਪਰੂਵਡ ਹੁੰਦੇ ਆ। ਇੱਕ LD ਆਉਂਦਾ ਹੈਂਡਲ ਲੈਸ, ਜਿਹਦੇ ਦਾਲਾਂ ਦੁਲਾਂ ਪੈਕ ਹੁੰਦੀਆਂ, ਉਹ ਵੀ ਅਲਾਊਡ ਹੈ। ਮੈਂ ਇਹ ਰਜਤ ਕੰਧਾਰੀ, ਮਾਈ ਬ੍ਰਦਰ ਬਲਜੀਤ ਦਾ ਵੀ ਬ੍ਰਦਰ ਹੀ ਹੈ, ਛੋਟਾ ਪੁੱਤਰਾਂ ਵਰਗਾ ਸਾਡੇ, ਅਤੇ ਇਹਦਾ ਫੋਨ ਨੰਬਰ ਜਿਹੜਾ ਮੈਂ ਇਸ ਵੀਡੀਓ ਦੇ ਵਿੱਚ ਉੱਪਰ ਦੇ ਦਾਂਗੀ, ਅਤੇ ਤੁਸੀਂ ਮੈਨੂੰ ਨਾ ਇੱਕ ਉਹ ਵੀ ਬਣਾ ਕੇ ਦੇ ਦਿਓ ਆਪਣੀ ਐਡ ਟਾਈਪ, ਉਹ ਵੀ ਮੈਂ ਆਪਣੇ ਪੇਜ 'ਤੇ ਪਾ ਦਾਂਗੀ, ਠੀਕ ਹੈ। ਇਹ ਜੀ ਡਿਸਪੋਜ਼ੇਬਲ ਜਿਹੜੇ ਨੇ ਇਹਨਾਂ ਦੇ ਬਾਰੇ ਵੀ ਦੱਸੋ। ਇਹ ਡਿਸਪੋਜ਼ੇਬਲ ਹੁਣ ਕਈ ਵਰਾਇਟੀਆਂ ਆ ਗਈਆਂ, ਇੱਕ ਤਾਂ ਪੇਪਰ ਦੇ ਚੱਲਦੇ ਆ, ਇੱਕ ਬਗਾਸ ਦੇ ਚੱਲਦੇ ਆ, ਪਲਾਸਟਿਕ ਦੇ ਵੀ ਲੋਕ ਚਲਾਈ ਜਾਂਦੇ, ਬਟ ਉਹ ਬੈਂਡ ਹੈ, ਉਹ ਯੂਜ਼ ਨਹੀਂ ਕਰ ਸਕਦੇ। ਇਹ ਜਿਹੜੇ ਨੇ ਇਹ ਬਗਾਸ ਦੇ ਬਣੇ ਆ, ਬਗਾਸ ਦੇ ਬੰਬੂ ਦੇ ਵੀ ਆਉਂਦੇ ਨੇ, ਬਗਾਸ ਮਤਲਬ ਗੰਨੇ ਦਾ ਛਿਲਕਾ, ਸ਼ੀਰਾ ਬਚਦਾ ਮਿਲਾਂ ਚੋਂ, ਉਹਦਾ ਬਣਦਾ, ਇਹ ਸ਼ੂਗਰ ਕੇਨ ਬਗਾਸ ਦੇ ਆ, ਇਹ ਪ੍ਰੋਡਕਟ ਅਲਾਊਡ ਨੇ, ਇਹ ਵੀ ਕੰਪੋਸਟੇਬਲ ਆਈਟਮਸ ਦੇ ਵਿੱਚ ਹੀ ਆਉਂਦੇ ਨੇ, ਇਹ ਵੀ ਡੀਕੰਪੋਜ਼ ਹੋ ਕੇ ਮਿੱਟੀ 'ਚ ਮਿਲ ਜਾਣਾ ਇਹਨਾਂ ਨੇ। ਅੱਛਾ, ਨਾਲੇ ਇਹਨਾਂ ਪ੍ਰੋਡਕਟ ਦੀ ਮੈਂ ਖਾਸੀਅਤ ਦੱਸਾਂ, ਪਲਾਸਟਿਕ ਨਾਲੋਂ ਰੇਟ ਦਾ ਇਹਦੇ ਚ ਹੈਗਾ ਹੀ ਹੈ, 40-50% ਦਾ ਫਰਕ ਹੈਗਾ। ਪਲਾਸਟਿਕ ਦਾ ਹੁਣ ਬੈਨ ਹੀ ਹੈ, ਪਰ ਇਹ ਦੋ ਗੱਲਾਂ ਨੇ ਇਹਦੀਆਂ, ਇਹਦੀਆਂ ਪੁਰਾਣ ਨਾਲ ਫਲੀਆਂ, ਨਾਲੇ ਤਾਂ ਐਨਵਾਇਰਨਮੈਂਟ ਫਰੈਂਡਲੀ ਹੈ, ਇਕੋ ਫਰੈਂਡਲੀ ਹੈ, ਮਤਲਬ ਉਹ ਜਿਹੜਾ ਪੋਲਿਊਸ਼ਨ ਪੱਖੋਂ। ਦੂਜਾ ਹੈ ਜੋ ਜਿਹੜਾ ਤੁਸੀਂ ਖਾ ਰਹੇ ਹੋ ਤੇ ਕੈਮੀਕਲ ਰਿਐਕਸ਼ਨ ਹੀ ਹੁੰਦਾ ਨਾ, ਬਿਲਕੁਲ, ਮਤਲਬ ਜੇ ਤੁਸੀਂ ਪਲਾਸਟਿਕ ਦਾ ਖਾਓ ਤਾਂ ਕੋਈ ਚੀਜ਼ ਪਾਓ, ਫੂਡ ਗ੍ਰੇਡ ਚੀਜ਼ਾਂ ਨੇ, ਮਤਲਬ ਫੂਡ ਲਈ ਹੀ ਬਣੀਆਂ ਹੈ, ਫੂਡ ਲਈ, ਇਹ ਫਰਕ ਹੈ ਨਾ, ਇਹ ਫਰਕ ਹੈ ਨਾ, ਇਹ ਜਦੋਂ ਉਹ ਹੀ ਹੈ ਨਾ ਰਿਸਕ, ਜਿਹੜਾ ਕੈਮੀਕਲ ਤੁਹਾਡੇ ਖਾਣੇ 'ਚ ਮਿਲ ਜਾਂਦਾ, ਇਸ ਮਟੀਰੀਅਲ 'ਚ ਮਤਲਬ ਪੇਪਰ 'ਚ ਵੀ, ਇਹਦੇ 'ਚ ਵੀ ਫੂਡ ਗ੍ਰੇਡ ਕੰਟੇਨਰ ਵੀ ਮਿਲ ਜਾਂਦੇ ਆ, ਜਿੰਨਾ ਤੁਸੀਂ ਪੈਕਿੰਗ ਕਰਕੇ ਦੁਕਾਨਾਂ ਤੇ ਜਾਂਦੇ ਆ ਸਾਰਾ ਕੁਝ ਮਿਲ ਜਾਂਦਾ। ਇੱਕ ਵਾਰੀ ਮੈਂ ਚਾਹਾਂਗੀ ਤੂੰ ਆਪਣਾ ਫੋਨ ਨੰਬਰ ਇਹਦੇ ਵਿੱਚ ਬੋਲ ਦੇ। ਮੇਰਾ ਨੰਬਰ ਹੈ ਜੀ 9501595959। ਮੇਰੇ ਨਾਲ ਦੁਬਾਰਾ ਬੋਲ, 9501595959
ਦੇਖੋ ਇੰਨੀ ਦੇਰ ਦਾ ਨੰਬਰ ਹੈ, ਮੈਂ ਤੇ ਰੱਜੇ ਦੇ ਨਾਂ ਤੇ ਫੇਟ ਕੀਤਾ ਹੋਇਆ ਵੇ ਤੇ ਮੈਂ ਕਰ ਦਿੱਤੀ ਨੰਬਰ ਯਾਦ ਨਹੀਂ, ਅੱਜ ਮੈਂ ਨੰਬਰ ਵੀ ਯਾਦ ਹੋ ਗਿਆ 9501 5 9 5 9 5 ਕਮਾਲ, ਵੈਰੀ ਗੁੱਡ, ਸੋ ਮਚ ਥੈਂਕਸ ਰੱਜਤ। ਪਤਾ ਕੀ ਹੈ ਗੱਲ, ਪ੍ਰੋਡਕਟ ਉਹ ਨਹੀਂ ਹੈ, ਗੱਲ ਮੈਨੂੰ ਜਿਹੜੀ ਹੁੰਦੀ ਹੈ ਉਹ ਇਹ ਵੇ ਤੇਰਾ ਵਿਕੇਗਾ ਰਿਟੇਲ 'ਚ ਵਿਕਦਾ ਹੋਲਸੇਲ 'ਚ ਵਿਕਦਾ ਕੋਈ ਪ੍ਰੋਬਲਮ, ਲੇਕਿਨ ਇੱਕ ਅਵੇਅਰਨੈਸ ਜਿਹੜੀ ਹੈ ਉਹ ਦੇਣੀ ਜਿਹੜੀ ਹੈ, ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਦੁਕਾਨਾਂ ਨੂੰ ਕਹੋ ਕਿ ਤੁਸੀਂ ਕੰਪੋਸਟੇਬਲ ਲਓ, ਭਾਵੇਂ ਤੁਸੀਂ ਰੁਪਈਆ 2 ਰੁਪਏ ਸਾਡੇ ਤੋਂ ਬੈਗ ਦਾ ਐਕਸਟਰਾ ਲੈ ਲਓ, ਅਸੀਂ ਦੇਣ ਨੂੰ ਤਿਆਰ ਹਾਂ, ਬਟ ਤੁਸੀਂ ਕੰਪੋਸਟੇਬਲ ਯੂਜ਼ ਕਰੋ। ਤੂੰ ਗੱਲ ਪਿਆ ਕਰਦਾ ਰਿਲਾਇੰਸ ਚਲੇ ਜਾਓ ਤੁਸੀਂ ਕਿਹੜੀ ਦੁਕਾਨ, 8-8 ਰੁਪਏ ਲਈ ਜਾਂਦੇ ਆ ਪਹਿਲਾਂ, 8 ਕੇ ਪੇਪਰ ਬੈਗ ਜ਼ਿਆਦਾ ਲੈਂਦੇ ਆ, ਹਾਂ ਲੈਂਦੇ ਆ, ਉਹ ਦੁਕਾਨਦਾਰਾਂ ਨੂੰ ਥੋੜਾ ਜਿਹਾ ਐਜੂਕੇਸ਼ਨ ਵਾਲੀ ਗੱਲ ਹੈ ਕਿ ਤੁਸੀਂ ਉਹ ਕਹਿੰਦੇ ਜੀ ਐਕਸਟਰਾ ਪੈਸੇ ਅਸੀਂ ਮੰਗਦੇ ਆ, ਬਾਕੀ ਦੁਕਾਨਾਂ ਨਹੀਂ ਲੈਂਦੀਆਂ, ਉਹ ਬਹੁਤ ਉਹਨਾਂ ਦੇ ਹੁੰਦੇ ਆ, ਫਿਰ ਵੀ ਬਹੁਤ ਨੇ। ਚਲੋ ਕੋਈ ਨਹੀਂ, ਗੱਲ ਇਹ ਹੈ ਐਨਫੋਰਸਮੈਂਟ ਬਹੁਤ ਹੀ ਨਹੀਂ ਹੈਗੀ, ਘੱਟ ਹੈ ਕਿਉਂਕਿ ਉਹ ਚੱਲੀ ਜਾਂਦੇ ਆ ਫਿਰ ਵੀ ਬਲਾਸਟ ਕਰਦੇ ਨਾ। ਨਾਲੇ ਆਪਾਂ ਨਾਸ਼ਤਾ ਕਰ ਲਿਆ ਤੇ ਨਾਲੇ ਜਿਹੜੀਆਂ ਵਾਤਾਵਰਨ ਬਚਾਉਣ ਦੀ ਇੱਕ ਵਿਧੀ ਵੀ ਦੱਸ ਦਿੱਤੀ, ਬਹੁਤ ਮਤਲਬ ਵੀ ਨਾਲੇ ਪੁੰਨ ਨਾਲੇ ਫਲੀਆਂ ਤੇ ਨਾਸ਼ਤਾ ਇਹਨੇ ਸਾਡਾ ਕੋਈ ਨਹੀਂ ਕੀਤਾ, ਇਹ ਕਹਿੰਦਾ ਮੈਂ ਚਾਹ ਪੀਣੀ ਹੈ, ਚਾਹ ਪਿਆਤੀ ਹੈ, ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਇਸ ਤਰ੍ਹਾਂ ਦੀ ਇਨਫੋਰਮੇਸ਼ਨ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਅੱਗੋਂ ਵੀ ਤੁਹਾਨੂੰ ਦੇਣ ਦੀਆਂ, ਅੱਜ ਲਈ ਇੰਨਾ ਹੀ, ਸ਼ੁਕਰੀਆ, ਮਿਹਰਬਾਨੀ।